ਹੈਲੋ, ਮੇਰਾ ਨਾਂ ਚੌਧਰੀ ਹਰਜਿੰਦਰ ਨਿੱਜਰ ਹੈਗਾ ਅਤੇ ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ ਅਤੇ ਬਾਣੀ ਅਤੇ ਕ੍ਰਿਸਚੈਨਿਟੀ ਦਾ ਪ੍ਰਚਾਰ ਕਰਦਾ ਹੈਗਾ। ਜਿੰਨਾ ਚਿਰ ਤੁਸੀਂ ਬ੍ਰਹਮ ਕੇ ਬੇਟੇ ਨਹੀਂ ਨਾ ਬਣਦੇ, ਉਹਨਾਂ 'ਚ ਤੁਸੀਂ ਸ਼ਬਦ ਨਹੀਂ ਪਛਾਣ ਸਕਦੇ। ਜਦੋਂ ਮੈਂ ਕਹਿੰਦਾ ਨਾ ਮੇਰੀ ਕੌਮ ਜੱਟ ਹੈਗੀ, ਜੱਟ ਘਰ ਦੇ ਮੈਨੂੰ ਅਕਾਲ ਪੁਰਖ ਨੇ ਜਨਮ ਦਿੱਤਾ, ਇਹ ਪਹਿਲੀ ਰਜ਼ਾ ਹੈਗੀ ਉਹਦੀ ਅਕਾਲ ਪੁਰਖ ਦੀ। ਜੇ ਇਹ ਮਨਜ਼ੂਰ ਨਹੀਂ ਹੈਗੀ, ਜੇ ਪਛਾਣ ਨਹੀਂ ਸਕਦੇ, ਤਾਂ ਤੁਸੀਂ ਫਿਰ ਸ਼ਬਦ ਵੀ ਨਹੀਂ ਪਛਾਣ ਸਕਦੇ। ਅਤੇ ਆਪਣੀ ਜਾਤ ਨਾ ਭੁੱਲੋ, ਇਹਦੀ ਕੀਮਤ ਕੁਛ ਨਹੀਂ ਹੈਗੀ, ਇਹ ਸਿਰਫ ਪਛਾਣਨ ਲਈ ਹੈਗੀ। ਜਦੋਂ ਹਿੰਦੂ ਸੀ ਨਾ, ਹਿੰਦੂ ਹੁੰਦਾ ਉਹ ਜਿਹੜਾ ਆਪਣਾ ਜਿਹਨੂੰ ਆਪਣੀ ਹੋਂਦ ਦਾ ਪਤਾ ਹੋਵੇ। ਜਿੱਦਾਂ ਮੈਂ ਕਿਹਾ ਨਾ, ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ, ਇਹਦੇ ਨਾਲ ਮੇਰੀ ਹੋਂਦ ਦਾ ਪਤਾ ਲੱਗ ਗਿਆ। ਹਿੰਦੂ ਉਹ ਜਿਹਨੂੰ ਆਪਣੀ ਹੋਂਦ ਦਾ ਪਤਾ ਹੋਵੇ, ਜਿਹਨੇ ਆਪਣੇ ਦੁਨਿਆਵੀ ਪਿਓ ਦਾ ਬਣਿਆ ਰਹੇ। ਅਤੇ ਸਿੱਖ ਉਹ, ਸਿੱਖ ਦੀ ਜਾਤ ਜਿਹੜੀ ਹੁੰਦੀ, ਸਹਿਜਾਤ ਸਹਿਪਾਤ ਜਿਉ ਜਿਹਾ ਕਰਮ ਕਮਾਉਂਦੇ। ਅਤੇ ਆਹ ਜਿਹੜਾ ਸਲੋਕ ਹੈਗਾ, 16 ਮਹੱਲਾ 5, ਇਹਦੇ 'ਚ ਫਿਰ ਪਾਤ ਕਿੱਦਾਂ ਰੱਖੀ ਹੈ ਅਕਾਲ ਪੁਰਖ ਨੇ, ਉਹਦਾ ਦੱਸਿਆ ਹੈਗਾ। ਸਤਿਗੁਰੂ ਅਰਜਨ ਦੇਵ ਜੀ ਚਿੱਤ ਬਿਰਤੀ ਦੇ ਸਿੱਖ ਸਨ। ਇਹਨਾਂ ਦੇ ਜਿਹੜੇ ਸੀਗੇ ਨਾ, ਉਹ ਸਾਧੂਆਂ ਦੀ ਸੰਗਤ, ਸਾਧੂ ਲੋਕ ਸੀਗੇ ਇਹਨਾਂ ਦੇ ਜਿਹੜੇ ਨਾ ਸਿੱਖ, ਯਾਨੀ ਕਿ ਘਰ ਬਾਰ ਉਹਨਾਂ ਨੇ, ਪੈਸੇ ਦੀ ਕੋਈ ਨਹੀਂ, ਤੇਰਾ ਮੇਰਾ ਕੁਛ ਨਹੀਂ ਸੀਗਾ। ਜਿਹੜਾ ਸਾਧੂ ਹੁੰਦਾ ਨਾ, ਉਹਨੂੰ ਕੋਈ ਬਗਾਨਾ ਨਹੀਂ ਹੁਣ ਲੱਗਦਾ। ਇਸ ਤਰ੍ਹਾਂ ਹੀ ਇਹਨਾਂ ਨੂੰ ਵੀ ਕੋਈ ਬਗਾਨਾ ਨਹੀਂ ਸੀਗਾ, ਅਤੇ ਨਾ ਹੀ ਕਿਸੇ ਸਤਿਗੁਰੂ ਹੋਰ ਨੂੰ ਹੋਇਆ, ਪਰ ਇਹਨਾਂ ਨੇ ਹੌਲੀ ਹੌਲੀ ਚੱਕ ਕੇ ਲਿਆਂਦਾ ਉੱਪਰ ਲੋਕਾਂ ਨੂੰ। ਸਤਿਗੁਰੂ ਅੰਗਦ ਦੇਵ ਜੀ ਨੇ ਹੋਮੇ ਮਾਰੀ, ਅਤੇ ਸਤਿਗੁਰੂ ਅਮਰਦੇਵ ਜੀ ਨੇ ਦੁਬਧਾ ਮਾਰੀ। ਦੁਬਧਾ ਮਾਰ ਕੇ ਉਹਨਾਂ ਨੇ ਕਿਹਾ ਉੱਧਰ ਚੱਲੋ ਅਕਾਲ ਪੁਰਖ ਵੱਲ ਨੂੰ। ਉਹਨਾਂ ਨੇ ਫਿਰ ਰਾਮ ਦੇ ਦਾਸ ਬਣਾਇਆ। ਸਤਿਗੁਰੂ ਰਾਮਦਾਸ ਜੀ ਨੇ ਫਿਰ ਜਿਹੜੀ ਸੀਗੀ ਮੋਹ, ਤੇਰਾ ਮੇਰਾ, ਜਿੱਦਾਂ ਪੰਚਾਇਤ ਵਿੱਚ ਹੁੰਦੇ ਨਾ, ਉਹ ਕਰ ਦਿੰਦੇ ਆਪਣੀ ਢੇਰੀ ਦੀ ਕਰ ਜਾਂਦੇ ਨੇ ਲਿਹਾਜ਼, ਉਹ ਬੇਇਨਸਾਫੀ ਹੈਗੀ, ਤਾਂ ਉਹ ਫਿਰ ਸਿੱਖ ਨਹੀਂ ਰਹਿੰਦਾ ਉਹ ਆਦਮੀ, ਉਹ ਹੋ ਜਾਂਦਾ ਘੁੜਿਆਰ ਜਾਂ ਉਹ ਕਾਫਰ। ਸਿੱਖ ਜਿਹੜਾ ਹੁੰਦਾ ਉਹ ਕਿਸੇ ਦੀ ਨਹੀਂ ਹਮਾਇਤ ਕਰਦਾ, ਇੱਧਰ ਉੱਧਰ ਨਹੀਂ, ਉਹ ਕਿਸੇ ਦਾ ਹੱਕ ਨਹੀਂ ਖੋਹਦਾ। ਅਤੇ ਜਦੋਂ ਇਹ ਤੇਰਾ ਮੇਰਾ ਆਦਮੀ ਜਿਹੜਾ ਹੈਗਾ, ਦੁਨੀਆਂ 'ਚ ਲੋਕ ਜਦੋਂ ਰਹਿੰਦੇ ਉਦੋਂ ਤਾਂ ਹੈਗਾ, ਜਦੋਂ ਆਦਮੀ ਜੰਗਲਾਂ 'ਚ ਚਲੇ ਜਾਂਦਾ ਹੈਗਾ ਸੰਨਿਆਸ ਆਸ਼ਰਮ, ਉਦੋਂ ਫਿਰ ਉਹ ਅਕਾਲ ਪੁਰਖ ਨੂੰ ਹੀ ਜਾਣਦਾ ਹੈਗਾ, ਹੋਰ ਕਿਸੇ ਨੂੰ ਨਹੀਂ ਜਾਣਦਾ। ਇਸ ਲਈ ਸਾਧੂਆਂ ਦੀ ਕੋਈ ਜਾਤ ਨਹੀਂ ਹੁੰਦੀ, ਜਿੱਦਾਂ ਆਪਣੇ ਮੇਰੀ ਜੱਟ ਹੈਗੀ, ਉਹਨਾਂ ਦੀ ਉਹਨਾਂ 'ਚ ਨਹੀਂ ਜਾਤਾਂ ਹੁੰਦੀਆਂ। ਪਰ ਉਹਨਾਂ ਜੇ ਪੁੱਛਣਾ ਹੋਵੇ ਵੀ ਕੌਣ ਹੈਗੀਆਂ ਤੁਸੀਂ, ਉਹ ਕਹੀਦਾ ਵੀ ਤੁਸੀਂ ਜੀ ਜਨਮ ਤੁਹਾਨੂੰ ਪਰਮਾਤਮਾ ਨੇ ਕਿਸ ਦੇ ਕਰ ਦਿੱਤਾ, ਫਿਰ ਉਹ ਦੱਸਦੇ ਨੇ। ਉੱਦਾਂ ਨਹੀਂ ਦੱਸਦੇ, ਕਹਿੰਦੇ ਸਾਧੂ ਵੀ ਬਣੇ ਅਤੇ ਜਾਤ ਵੀ ਮਗਰ ਲੱਗੀ ਰਹੀ। ਇਸ ਕਰਕੇ ਇਹ ਜਿਹੜਾ ਹੈਗਾ ਬਾਣੀ, ਸਤਿਗੁਰੂ ਅਰਜਨ ਦੇਵ ਜੀ ਜਿਹੜੇ ਹੈਗੇ ਨੇ ਚੌਥੀ ਬਿਰਤੀ ਦੇ ਲੋਕ ਸੀਗੇ, ਸਤਿਗੁਰੂ ਨਾਨਕ ਦੇਵ ਜੀ ਦੇ ਬਰਾਬਰ। ਅਤੇ ਇਸ ਕਰਕੇ ਇਹਨਾਂ ਨੂੰ ਜਿਹੜੇ ਤਸੀਹੇ ਦਿੱਤੇ ਸੀ, ਉਹ ਸਤਿਗੁਰੂ ਨਾਨਕ ਦੇਵ ਜੀ ਨੂੰ ਦਿੱਤੇ ਸੀ। ਜੱਡਾ ਵੱਡਾ ਸਤਿਗੁਰੂ, ਵੱਡੇ ਵੱਡੇ ਤਸੀਹੇ। ਇਹਦੇ ਬਾਰੇ ਮੈਂ ਬਹੁਤ ਕੁਛ ਦੱਸ ਚੁੱਕਿਆ ਪਹਿਲਾਂ। ਅੱਛਾ, ਹੁਣ ਹੈਗਾ ਇਹਦੀ ਵਿਆਖਿਆ। 16 ਮਹੱਲਾ 5,
ਠਾਠ ਪਾਈ ਕਰਤਾਰੇ, ਯਾਨੀ ਕਿ ਸ਼ਾਂਤੀ ਠੰਡ ਪਾਈ ਦਿਲ ਨੂੰ। ਜੇ ਆਦਮੀ ਨੂੰ ਕੋਈ ਘਰ 'ਚ ਤਕਲੀਫ ਹੋਵੇ ਤਾਂ ਦਿਲ ਨੂੰ ਠੰਡ ਨਹੀਂ ਹੁੰਦੀ, ਹਮੇਸ਼ਾ ਹੁੰਦਾ ਵੀ ਆਹ ਠੀਕ ਹੋ ਜਾਏ। ਬਿਮਾਰ ਹੈਗਾ ਕੋਈ, ਉਹਨੂੰ ਕਹੀਦਾ ਵੀ ਠੀਕ ਹੋ ਜਾਏ ਤਾਂ ਉਹਦੇ ਵੀ ਫਿਰ ਠੰਡ ਪੈਂਦੀ ਹੈਗੀ। ਅਤੇ ਠੰਡ ਪਈ ਪਾਈ ਕਰਤਾਰੇ, ਕਰਤਾਰ ਨੇ ਫਿਰ ਠੰਡ ਪਾਈ। ਤਾਪ ਛੋੜ ਗਿਆ ਪਰਵਾਰੇ, ਤਾਪ ਜਿਹੜਾ ਸੀਗਾ ਛੋੜ ਗਿਆ ਪਰਵਾਰੇ। ਅੱਛਾ, ਹੁਣ ਇਹ ਪਰਿਵਾਰੇ ਦਾ ਇਹਨਾਂ ਨੇ ਕੱਢਿਆ ਹੈਗਾ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਤਾਪ ਜਿਹੜਾ ਸੀ ਉਹ ਜਾਂਦਾ ਰਿਹਾ। ਗੁਰਪੂਰੇ ਹੈ ਰਾਖੀ, ਗੁਰਪੂਰੇ ਹੈਗਾ, ਗੁਰਪੂਰਾ ਜਿਹੜਾ ਹੈਗਾ ਉਹ ਸਤਿਗੁਰੂ ਹੈਗਾ, ਜਿਹੜਾ ਸਤਿਗੁਰੂ ਅੰਦਰ ਤੁਹਾਡੇ ਹੈਗਾ। ਇਹ ਹਰਿਮੰਦਰ ਹੈ ਨਾ, ਹਰਿਮੰਦਰ ਦੇ ਅੰਦਰ ਜਿਹੜਾ ਬੈਠਾ ਉਹ ਸਤਿਗੁਰੂ ਹੈਗਾ, ਉਹਨੂੰ ਕ੍ਰਾਈਸਟ ਕਹੀਦਾ ਅੰਗਰੇਜ਼ੀ 'ਚ। ਗੁਰਪੂਰੇ ਹੈ ਰਾਖੀ, ਉਹਦੇ ਕਿਰਪਾ ਨਾਲ ਨਾ ਜਿਹੜਾ ਅੰਦਰ ਬੈਠਾ ਹੈਗਾ, ਉਹਦੀ ਕਿਰਪਾ ਨਾਲ ਉਹਨੇ ਰਾਖੀ ਰੱਖੀ, ਉਹਨੇ ਪ੍ਰਚਾਰ ਕੀਤਾ, ਮੂੰਹ ਤੋਂ ਬੋਲਿਆ, ਅਕਾਲ ਪੁਰਖ ਨੇ ਬੁਲਾਇਆ। ਅਤੇ ਉਹ ਫਿਰ ਉਹਨੇ ਇਸੇ ਉਹਦੀਆਂ ਉਹਦਾ ਕੰਮ ਕੀਤਾ, ਉਹਨੇ ਸਾਡਾ ਕਰ ਦਿੱਤਾ। ਜਿਹਦਾ ਭਗਤ ਧਰਨਾ ਸੀ ਨਾ, ਉਹਨੇ ਆਪਣੇ ਪੱਥਰ 'ਚ ਰੱਬ ਪਾ ਲਿਆ ਸੀ ਨਾ, ਅਤੇ ਜਦੋਂ ਰੱਬ ਉਹਨੇ ਖਾਧੀ ਰੋਟੀ ਰਾਟੀ, ਹੁਣ ਕਹਿੰਦਾ ਰੋਟੀ ਤਾਂ ਖਾ ਲਈ, ਹੁਣ ਚੱਲ ਆਪਾਂ ਨੱਕੇ ਮੋੜੀਏ। ਅਤੇ ਫਿਰ ਉਹਦੇ ਤੋਂ ਕੰਮ ਕਰਾਇਆ ਵੀ ਆਇਆ, ਹੁਣ ਆਪਾਂ ਵੀ ਕੰਮ ਕਰ ਲਈਏ। ਅਤੇ ਉਹ ਜਿਹੜਾ ਸੀਗਾ ਧਰਨਾ ਭਗਤ ਸੀ, ਬੱਚੇ ਦੀ ਨਿਆਈ ਸੀਗਾ, ਜਿੱਦਾਂ ਬੱਚੇ ਹੁੰਦੇ ਨਾ ਉਸ ਤਰ੍ਹਾਂ ਸੀਗਾ। ਅਤੇ ਉਹਨੇ ਫਿਰ ਭਗਵਾਨ ਨੂੰ ਵੀ ਕਿਹਾ ਚੱਲ ਆਪਾਂ ਹੁਣ ਆਹ ਕੰਮ ਕਰ ਲਈਏ। ਉਹਦਾ ਫਿਰ ਦੋਸਤ ਬਣ ਗਿਆ ਨਾ ਭਗਵਾਨ ਦਾ। ਗੁਰਪੂਰੇ ਹੈ ਰਾਖੀ, ਸ਼ਰਨ ਸੱਚੇ ਕੀ ਤਾਕੀ, ਮੈਂ ਸੱਚੇ ਦੀ ਅਕਾਲ ਪੁਰਖ ਦੀ ਸ਼ਰਨ ਤੱਕੀ ਹੈਗੀ, ਆਦਮੀ ਦੀ ਨਹੀਂ ਤੱਕੀ ਕਿਸੇ ਦੀ। ਉਹ ਪ੍ਰਿਥੀ ਚੰਦ ਜਿਹੜਾ ਸੀਗਾ ਉਹ ਆਦਮੀ ਦੀ ਤੱਕਦਾ ਸੀਗਾ, ਬਾਦਸ਼ਾਹ ਦੀ ਤੱਕਦਾ ਸੀ ਤਾਂ ਫਲਾਨੇ ਦੀ, ਆਦਮੀਆਂ ਦੀ, ਇਹਨਾਂ ਨੇ ਅਕਾਲ ਪੁਰਖ ਦੀ ਤੱਕੀ। ਅਤੇ ਪ੍ਰਿਥੀ ਚੰਦ ਮਨਮੁੱਖ ਸੀਗਾ, ਇਹ ਸੀਗੇ ਗੁਰਮੁਖ। ਅਤੇ ਇਹਨਾਂ ਦਾ ਮੁਕਾਬਲਾ ਦੋਨਾਂ ਦਾ ਕਰਨਾ ਚਾਹੀਦਾ ਹੈਗਾ। ਪਰਮੇਸ਼ਵਰ ਆਪ ਹੁਆ ਰਖਵਾਲਾ, ਪਰਮੇਸ਼ਵਰ ਜਿਹੜਾ ਆਪ ਉਹਨੇ ਮੇਰੀ ਰਖਵਾਲਾ ਬਣਿਆ ਕਰਦਾ। ਸ਼ਾਂਤ ਸਹਿਜ ਸੁਖ ਖਿੰਨ ਮੇਂ ਉਪਜੇ, ਸ਼ਾਂਤ ਅਤੇ ਸਹਿਜ, ਸਹਿਜ ਜਿਹੜਾ ਹੁੰਦਾ ਹੈਗਾ ਇਹ ਗੁਰਮੁਖਾਂ ਕੋਲ ਹੁੰਦਾ ਹੈਗਾ। ਜਿਹੜਾ ਮਨਮੁੱਖ ਹੁੰਦਾ ਉਹਦੇ ਕੋਲ ਚਤਰਾਈ ਹੁੰਦੀ ਹੈਗੀ, ਅਤੇ ਇਸ ਕਰਕੇ ਜਿਹੜੀ ਸ਼ਾਂਤ ਜਿਹੜੀ ਕਿ ਸਹਿਜ ਸਹਿਜ ਨਾ ਉਪਜੇ ਆਪੇ। ਸੋਚਿਆ ਸਹਿਜ ਹੁੰਦਾ ਲੋਜੀਕਲ ਰੀਜਨਿੰਗ, ਜਿਹੜਾ ਆਦਮੀ ਲੋਜੀਕਲ ਰੀਜਨਿੰਗ ਨਾਲ ਚੱਲੇ ਉਹਨੂੰ ਕਹੀਦਾ ਇਹ ਸਹਿਜ ਨਾਲ ਚੱਲਦਾ ਹੈਗਾ। ਜਿਹੜਾ ਚੱਲਦਾ ਆਪਣੀ ਚਤੁਰਾਈ ਨਾਲ, ਆਪਣੀਆਂ ਹੀ ਗੱਲਾਂ ਮਾਰੀ ਜਾਂਦਾ ਹੈਗਾ, ਜਿੱਦਾਂ ਘੁਮਿਆਰੀ ਭਾਂਡਾ ਸਲਾਉਂਦੀ ਹੈਗੀ, ਚੁੱਪਿਆਂ ਚੁੱਪ ਨਾ ਹੋਈ ਜੇ ਲਾਏ ਰਹੋ ਲਵਤਾਰ, ਇਹ ਚਤਰ ਹੈਗੇ ਨਾ, ਉਹਨਾਂ ਉਹਨਾਂ 'ਚ ਸਹਿਜ ਨਹੀਂ ਹੁੰਦਾ। ਸ਼ਾਂਤ ਸਹਿਜ ਸੁੱਖ ਖਿੰਨ ਮੇਂ ਉਪਜੇ, ਇਹ ਇੱਕ ਥੋੜ੍ਹੀ ਦੇਰ 'ਚ ਉਹ ਪੈਦਾ ਹੋ ਜਾਂਦੇ ਨੇ, ਸ਼ਾਂਤੀ ਅਤੇ ਸਹਿਜ ਲੋਜੀਕਲ ਰੀਜਨਿੰਗ। ਖਿੰਨ ਮੇਂ ਉਪਜੇ ਮਨ ਹੁਆ ਸਦਾ ਸੁਖਾਲਾ, ਮਨ ਨੂੰ ਬੜੀ ਖੁਸ਼ੀ ਹੋਈ ਜਦੋਂ ਨਾਮ ਮਿਲਿਆ ਨਾ ਅਕਾਲ ਪੁਰਖ ਦਾ, ਉਹਨੇ ਕੱਢਿਆ ਸਤਿਗੁਰੂ ਨੇ, ਮਨ ਨੂੰ ਬੜੀ ਖੁਸ਼ੀ ਹੋਈ, ਕਿਆ ਕਹਿੰਦੇ ਕਿੱਦਾਂ ਦਾ ਹੈਗਾ ਵੀ।
ਮਨ ਨੱਚਦਾ ਹੈਗਾ ਸਤਿਗੁਰ ਭਾਣੇ ਰਹਾਉ। ਹਰ ਹਰ ਨਾਮ ਦਿਓ ਦਾਰੂ, ਹਰ ਹਰ ਇਹ ਨਾਮ ਜਿਹੜਾ ਇਹ ਮੈਨੂੰ ਦਾਰੂ ਦਿੱਤਾ ਹੈਗਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਕੱਢਣ ਨੂੰ, ਜਿਹੜੇ ਤਾਪ ਦਿੰਦੇ ਮੈਨੂੰ। ਤਿੰਨ ਸਗਲਾ ਰੋਗ ਬਿਦਾਰੋ, ਇਹਨੇ ਸਾਰੇ ਰੋਗ ਜਿਹੜੇ ਸੀ ਨਾ ਉਹਨੇ ਦੂਰ ਕਰ ਦਿੱਤੇ। ਆਪਣੀ ਕਿਰਪਾ ਧਾਰੀ, ਉਹਨੇ ਆਪਣੀ ਕਿਰਪਾ ਨਾਲ, ਗ੍ਰੇਸ ਨਾਲ, ਵਿਦ ਦੀ ਗ੍ਰੇਸ ਆਫ ਗੋਡ, ਉੱਦਾਂ ਨਹੀਂ ਉਹਨੇ ਕਿਰਪਾ ਕੀਤੀ ਤੇ ਤਦੇ ਗਏ ਨੇ। ਤਿੰਨ ਸਗਲੀ ਬਾਤ ਸਵਾਰੀ, ਉਹਨੇ ਫਿਰ ਮੇਰੀ ਸਾਰੀਆਂ ਜਿਹੜੀਆਂ ਸੀਗੀਆਂ ਤਕਲੀਫਾਂ ਉਹ ਸਵਾਰ ਦਿੱਤੀਆਂ। ਯਾਨੀ ਕਿ ਮੇਰੀ ਜਿਹੜੀ ਬਾਤ ਹੈਗੀ, ਜਿਹੜੀ ਮੈਂ ਪ੍ਰਚਾਰ ਕਰਦਾ ਹੈਗਾ, ਉਹ ਵੀ ਉਹਨੇ ਫਿਰ ਮੈਨੂੰ ਸਵਾਰ ਕੇ ਸਵਾਰ ਦਿੱਤਾ ਮੇਰਾ। ਯਾਨੀ ਕਿ ਲੋਜੀਕਲ ਰੀਜ਼ਨਿੰਗ ਨਾਲ ਇਹ ਸਵਾਰ ਹੁੰਦਾ ਹੈਗਾ। ਲੋਜੀਕਲ ਰੀਜ਼ਨਿੰਗ ਨੂੰ ਕਹਿੰਦੇ ਨੇ ਲੋਗੋ, ਲੋਗੋ ਹੈਗਾ ਸ਼ਬਦ, ਅਤੇ ਇਸ ਕਰਕੇ ਉਹਦੇ ਨਾਲ ਜਦੋਂ ਲੋਜੀਕਲ ਰੀਜ਼ਨਿੰਗ ਕੀਤੀ ਤਾਂ ਉਹਨੇ ਫਿਰ ਮੇਰੀ ਜਿਹੜਾ ਅਕਾਲ ਪੁਰਖ ਦੀ ਜਿਹੜੀ ਤੁਰਕੀ ਬਾਣੀ ਉਹਨੂੰ ਮੈਨੂੰ ਦੇ ਦਿੱਤੀ। ਪ੍ਰਭ ਆਪਣਾ ਬਿਰਦ ਸੰਭਾਲਿਆ, ਆਪਣਾ ਬਿਰਦ ਹੈਗਾ ਵੀ ਜਿਹੜਾ ਭਗਤ ਹੈਗੇ ਅਕਾਲ ਪੁਰਖ ਦੇ, ਉਹਦਾ ਹੱਥ ਉੱਪਰ ਹੈਗਾ ਉਹਨਾਂ ਦੇ ਉੱਤੇ, ਭਗਤਾਂ ਦੇ ਉੱਤੇ। ਤੋ ਆਪਣਾ ਬਿਰਦ ਨਹੀਂ ਉਹਨੇ ਛੱਡਿਆ, ਯਾਨੀ ਕਿ ਆਪਣੇ ਭਗਤ ਨੂੰ ਉਹਨੇ ਤੰਗ ਨਹੀਂ ਹੋਣ ਦਿੱਤਾ, ਉਹਨੂੰ ਠੀਕ ਰੱਖਿਆ। ਹਮਰਾ ਗੁਣ ਅਵਗੁਣ ਨਾ ਵਿਚਾਰਿਆ, ਉਹਨੇ ਮੇਰਾ ਕੋਈ ਜਿਹੜਾ ਮੇਰੇ ਗੁਣ ਅਤੇ ਅਰਗੁਣ ਉਹਨੇ ਕੁਛ ਨਹੀਂ ਵਿਚਾਰੇ, ਉਹਨੇ ਬਸ ਮੈਂ ਉਹਦਾ ਕੰਮ ਕੀਤਾ, ਉਹਨੇ ਮੇਰੇ 'ਤੇ ਹੱਥ ਰੱਖਿਆ। ਗੁਰ ਕਾ ਸ਼ਬਦ ਭੈਉ ਸਾਖੀ, ਗੁਰ ਕਾ ਸ਼ਬਦ ਯਾਨੀ ਕਿ ਗੁਰ ਹੈਗਾ ਢੰਗ, ਲੋਜੀਕਲ ਰੀਜ਼ਨਿੰਗ, ਜਿਹੜਾ ਸ਼ਬਦ ਲੋਜੀਕਲ ਰੀਜ਼ਨਿੰਗ ਨਾਲ ਸਮਝਿਆ ਹੈਗਾ, ਭੈਉ ਸਾਖੀ, ਉਹ ਮੇਰੀ ਸਾਖੀ ਬਣ ਗਈ। ਯਾਨੀ ਕਿ ਉਹਦੇ ਮੈਂ ਪ੍ਰਚਾਰ ਕਰਦਾ ਹੈਗਾ, ਉਹ ਸਾਖੀਆਂ ਸੁਣਾਉਂਦਾ ਮੈਂ ਲੋਕਾਂ ਨੂੰ, ਜਿਹੜਾ ਕਿ ਗੁਰ ਦੇ ਨਾਲ ਮੈਨੂੰ ਮਿਲਿਆ ਹੈਗਾ। ਤਿੰਨ ਸਗਲੀ ਲਾਜ ਰੱਖੀ, ਉਹਨੇ ਮੇਰੀ ਸਾਰੀ ਲਾਜ ਰੱਖੀ। ਬੁਲਾਇਆ ਬੋਲੇ ਤੇਰਾ, ਮੈਂ ਤੇਰਾ ਜਿੱਦਾਂ ਤੂੰ ਕਹਿੰਦਾ ਉੱਦਾਂ ਬੋਲਦਾ, ਮੈਂ ਆਪਣੀ ਚਤਰਾਈ ਨਹੀਂ ਚਲਾਉਂਦਾ, ਸਹਿਜ ਦੇ ਨਾਲ ਜੋ ਤੂੰ ਕਹਿੰਦਾ ਉਹੀ ਮੈਂ ਬੋਲਦਾ ਹੈਗਾ। ਯਾਨੀ ਕਿ ਮੈਂ ਆਊਟ ਆਫ ਦੀ ਵੇ ਨਹੀਂ ਜਾਂਦਾ ਤੇਰੇ ਤੋਂ। ਜਿਹੜੇ ਚਤਰ ਹੁੰਦੇ ਨਾ ਉਹ ਕਰਦੇ ਨੇ, ਜਿੱਦਾਂ ਘੁਮਿਆਰੀ ਆਪਣਾ ਭਾਂਡਾ ਸੁਣਾਉਂਦੀ ਨਾ, ਉਹ ਚਤਰ ਆਪਣੇ ਆਪ ਨੂੰ ਸੁਣਾਉਂਦੇ ਨੇ, ਉਹ ਅਕਾਲ ਪੁਰਖ ਨੂੰ ਨਹੀਂ ਸੁਣਾਉਂਦੇ। ਅਤੇ ਉਹ ਜਿਹੜੇ ਹੁੰਦੇ ਨਾ ਆ ਜਾਂਦੇ ਬੁਲਾਰੇ ਅਤੇ ਕਹਿ ਦਿੰਦੇ ਵੀ ਉਹ ਆਪਣੀ ਚਤਰਾਈ ਚਲਾਉਣ ਲੱਗ ਪੈਂਦੇ ਨਾ, ਉਹ ਗੱਲਾਂ ਆਪਣੀਆਂ ਬਣਾ ਲੈਂਦੇ ਵਿੱਚ, ਜਦੋਂ ਆਉਂਦੇ ਪ੍ਰਚਾਰ ਕਰਨ ਆਪਣੀਆਂ ਗੱਲਾਂ ਜੋੜ ਕੇ ਨਾ ਸੁਣਾਉਣ ਲੱਗ ਪੈਂਦੇ ਨੇ। ਅਤੇ ਜਿਹੜਾ ਗੁਰਮੁਖ ਹੁੰਦਾ ਉਹ ਪਛਾਣ ਜਾਂਦੇ ਵੀ ਇਹ ਤਾਂ ਆਪਣੀਆਂ ਚਤਰਾਈਆਂ ਕਰੀ ਜਾਂਦਾ ਅਤੇ ਇਹਦੇ ਅਕਾਲ ਪੁਰਖ ਦੇ ਤਾਂ ਗੁਣ ਗਾਉਂਦਾ ਨਹੀਂ ਹੈਗਾ, ਉਹਨੂੰ ਜੇ ਆਉਂਦਾ ਹੋਵੇ ਤਦੇ ਗਾਊਗਾ। ਅਤੇ ਉਹ ਸਿੱਖ ਕੌਮ ਦਾ ਪ੍ਰਚਾਰ ਕਰ ਜਾਣਗੇ ਜਾਂ ਹੋਰ, ਸਿੱਖ ਦਾ ਪੰਥ ਹੈਗਾ, ਜਿਹੜਾ ਗੁਰਮੁਖ ਉੱਥੇ ਬੈਠਾ ਹੋਊਗਾ ਉਹ ਕਹੂਗਾ ਦੇਖੋ ਇਹ ਆਇਆ ਲੋਕਾਂ ਨੂੰ ਹਰਾਮੀ ਬਣਾਉਣ, ਅਤੇ ਮੇਰੀ ਕੌਮ ਜੱਟ ਹੈਗੀ ਨਾ, ਕੌਮ ਜੱਟ ਹੈਗੀ ਸਰੀਰ ਦੀ, ਅਤੇ ਸਿੱਖ ਹੁੰਦਾ ਹੈਗਾ ਨਾਦੀ ਰੂਪ, ਮਨ ਦਾ, ਤਨ ਦਾ ਨਹੀਂ ਹੁੰਦਾ। ਇਸ ਕਰਕੇ ਜਿਹੜਾ ਉਹਨੂੰ ਸਿੱਖ ਨੂੰ
ਕੌਮ ਬਣਾ ਦੇਵੇ, ਬਿੰਦੀ ਰੂਪ ਬਣਾ ਦੇ ਨਾ, ਉਹ ਲੋਕਾਂ ਨੂੰ ਫਿਰ ਕਹਿੰਦਾ ਵੀ ਆਪਣੇ ਜੱਟ ਕੌਮ ਨੂੰ ਜਵਾਬ ਦੇਵੋ ਅਤੇ ਖੁਦ ਹਰਾਮੀ ਬਣ ਜਾਓ। ਅਤੇ ਉਹ ਫਿਰ ਜਿਹੜੇ ਹੁੰਦੇ ਨੇ ਮਰਦੇ ਨੇ। ਤੂੰ ਸਾਭ ਗੁਣੀ ਗਹੇਰਾ, ਤੇਰੇ ਤੂੰ ਸਾਭ ਹੈਗਾ, ਤੇਰੇ 'ਚ ਬਹੁਤ ਗੁਣ ਹੈਗੇ ਅਤੇ ਉਹਦੇ ਡੂੰਘੇ 'ਚ ਕੋਈ ਨਹੀਂ ਜਾ ਸਕਦਾ, ਇੰਨੇ ਡੂੰਘੇ ਹੈਗੇ ਨੇ ਗੁਣ ਤੇਰੇ। ਜਪ ਨਾਨਕ ਨਾਮ ਸੁਖ ਸਾਖੀ, ਨਾਨਕ ਕਹਿੰਦਾ ਮੈਂ ਤੇਰਾ ਨਾਮ ਜਪ ਕੇ ਮੈਨੂੰ ਸੱਚ ਸਾਖੀ, ਯਾਨੀ ਕੂੜ ਨੇ ਸੱਚ ਸੱਚ ਦੀ ਜਿਹੜੀ ਸਾਖੀ ਉਹ ਮੈਨੂੰ ਮਿਲੀ। ਆਪਣੇ ਦਾਸ ਕੀ ਪੈਜ ਰਾਖੀ, ਤੋ ਆਪਣੇ ਦਾਸ ਦੀ ਇੱਜ਼ਤ ਰੱਖੀ, ਇਹ ਹੈਗਾ ਇਹਦਾ। ਯਾਨੀ ਕਿ ਜੇ ਤੁਸੀਂ ਅਕਾਲ ਪੁਰਖ ਦਾ ਕੰਮ ਕਰੋਗੇ ਤਾਂ ਅਕਾਲ ਪੁਰਖ ਤੁਹਾਨੂੰ ਫਿਰ ਲੁੱਕ ਆਫਟਰ ਕਰਦਾ ਹੈਗਾ। ਅਤੇ ਇਸ ਤਰ੍ਹਾਂ ਹੀ ਮੇਰੇ ਫਾਦਰ ਜੀ ਜਦੋਂ ਅਸੀਂ ਪਾਰਟੀਸ਼ਨ ਬਣੀ ਨਾ, ਉਦੋਂ ਉਹਨਾਂ ਨੇ ਲੋਕਾਂ ਨੂੰ ਪਿੰਡਾਂ 'ਚ ਜਾ ਕੇ ਦੱਸਿਆ ਸੀ ਵੀ ਸਿੱਖ ਅਤੇ ਮੁਸਲਮਾਨ ਇਹ ਮਿਲਤਾਂ ਹੈਗੀਆਂ, ਪੰਥ ਹੈਗੇ ਨੇ, ਰੂਹਾਨੀ ਹੈਗੇ ਨੇ, ਇਹ ਜਿਸਮ ਨਹੀਂ ਹੈਗਾ। ਜਿਸਮ ਹੈਗੇ ਕੌਮਾਂ ਦੇ ਲੋਕ, ਅਤੇ ਜਦੋਂ ਲੜੇ ਤਾਂ ਕੌਮਾਂ ਦੇ ਲੋਕਾਂ ਨੂੰ ਲੜਨਾ ਅਤੇ ਆਪਸ ਵਿੱਚ ਮਰੂਗੇ। ਸਿੱਖ ਨਾ ਸਿੱਖ ਜੰਮਿਆ ਅਤੇ ਨਾ ਮਰਿਆ, ਨਾ ਮੁਸਲਮਾਨ ਜੰਮਿਆ ਨਾ ਮਰਿਆ। ਅਤੇ ਉਹਨਾਂ ਨੂੰ ਜਦੋਂ ਇਹ ਸਾਰੀ ਸਮਝਾਈ ਨਾ, ਜਿੱਥੇ ਜਿੱਥੇ ਸਮਝਾਈ ਉਹਨਾਂ 'ਚ ਸ਼ਾਂਤ ਰਹੀ। ਜਿਸ ਨੇ ਕਿਹਾ ਨਹੀਂ ਮੈਂ ਨਹੀਂ ਇਹ ਸੁਣਨੇ, ਉਹ ਮਾਰਿਆ ਗਿਆ ਸੀ। ਇੱਦਾਂ ਹੀ ਫਿਰ ਜਦੋਂ 2000 ਆਦਮੀ ਆਏ ਸੀ ਸਾਡੇ ਪਿੰਡ 'ਤੇ ਨਾ ਹਮਲਾ ਕਰਨ, ਅਤੇ ਜਦੋਂ ਉਹਨੂੰ ਜ਼ੈਲਦਾਰ ਨੂੰ ਦੱਸਿਆ ਵੀ ਅਸੀਂ ਜੱਟਾਂ ਨੇ ਮਰਨਾ ਅਤੇ ਤੁਸੀਂ ਰਾਈਆਂ ਨੇ, ਜੇ ਕੋਈ ਦੁਸ਼ਮਣੀ ਤਾਂ ਕੱਢ ਲਓ, ਨਹੀਂ ਤਾਂ ਐਵੇਂ ਮੂੰਹ ਨਾ ਕਾਲਾ ਕਰਿਆ ਜੇ। ਉਹਨੂੰ ਸਮਝ ਪੈ ਗਈ ਸਾਰੀ। ਉਹ 2000 ਨੂੰ ਕਹਿੰਦਾ ਇਕੱਠੇ ਕਰਕੇ, ਇਹ ਹੈਗੇ ਸਾਡੇ ਮਹਿਮਾਨ, ਇਹਨਾਂ ਦੀ ਤੁਸੀਂ ਰਾਖੀ ਰੱਖਣੀ ਹੈਗੀ, ਖਬਰਦਾਰ ਇਹਨਾਂ ਨੂੰ ਕੋਈ ਨੁਕਸਾਨ ਵੀ ਪਹੁੰਚਾਇਆ, ਕਿਤੇ ਦੇਖਿਆ ਇੱਦਾਂ ਦਾ ਕੰਮ। ਅਤੇ ਇਸ ਕਰਕੇ ਉਹਨੇ ਕੀਤਾ ਵੀ, ਫਿਰ ਰਾਖੀ ਵੀ ਰੱਖੀ ਸਾਡੀ। ਉਹਨੂੰ ਥਾਣੇਦਾਰ ਕਹਿੰਦਾ ਤੂੰ ਕੁਛ ਕੀਤਾ ਨਹੀਂ ਹੈਗਾ, ਉਹ ਚੁੱਪ ਕਰ ਗਿਆ ਵੀ ਕੀ ਇਹਨੂੰ ਕੀ ਦੱਸਾਂ ਮੈਂ। ਅਤੇ ਇਹ ਹੈਗਾ ਨਾਮ ਦਾ ਜਿਹੜਾ ਸ਼ਾਂਤ ਪੈਂਦੀ ਅਤੇ ਉਹ ਰਾਖੀ ਰੱਖਦਾ ਹੈਗਾ। ਜੇ ਤੁਸੀਂ ਕੂੜ ਬੋਲੋਗੇ ਡੋਬੇ ਪੂਰ, ਜਿੱਦਾਂ ਭਿੰਡਰਾਂ ਵਾਲਾ ਡੋਬ ਗਿਆ ਨਾ ਪੂਰ, ਕੂੜ ਬੋਲਦਾ ਸੀਗਾ, ਨਾ ਉਹ ਸਿੱਖ ਸੀਗਾ ਅਤੇ ਨਾ ਖਾਲਸਾ ਸੀ। ਸਿੱਖ ਸੀ ਤਾਂ ਉੱਥੇ ਕਿਰਪਾਨਾ ਚੱਕੀ ਕੀ ਫਿਰਦਾ ਸੀ, ਗੁਰਦੁਆਰੇ ਕੀ ਕਰਨਾ ਸੀ, ਉੱਥੇ ਤਾਂ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਤਾਂ ਗਏ ਨਹੀਂ, ਅਤੇ ਇਹ ਉਹਦਾ ਪੁੱਤਰ ਕੀ ਕਰਦਾ ਸੀ ਉੱਥੇ। ਅਤੇ ਇਸ ਕਰਕੇ ਇਸ ਜਿਹੜਾ ਉਪਦੇਸ਼ ਹੈਗਾ ਸੁਰਤੀ ਵਾਲਿਆਂ ਲਈ ਹੈਗਾ, ਬਗੈਰ ਸੁਰਤੀ ਦੇ ਤੁਸੀਂ ਇਹਨੂੰ ਨਹੀਂ ਪਾ ਸਕਦੇ, ਅੱਗੇ ਤੁਹਾਡੀ ਮਰਜ਼ੀ। ਬਾਕੀ ਸੁਰਤੀ ਵਾਲਾ ਕੋਈ ਕੋਈ ਹੁੰਦਾ ਕੋਟਣ ਮੇਂ ਏਕ, ਅਤੇ ਇਸ ਕਰਕੇ ਸਿੱਖੀ ਜਿਹੜੀ ਇੰਨੀ ਸੁਖਾਲੀ ਨਹੀਂ ਹੈਗੀ। ਅਤੇ ਅਕਾਲ ਪੁਰਖ ਤੁਹਾਨੂੰ ਦਇਆ ਕਰੇ।